ਹਾਲ ਹੈ ਚੱਕ ਮੈਂ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ ਮੈਂ ਤੁਹਾਡਾ ਆਪਣਾ ਪਰਮੇਸ਼ ਵਰਮਾ ਐਂਡ ਆਈਡ ਲਾਈਕ ਟੂ ਥੈਂਕ ਪੀਟੀਸੀ ਫੋਰ ਹੈਵਿੰਗ ਮੀ ਤੁਹਾਡਾ ਸਾਰਿਆਂ ਦਾ ਮੈਂ ਵੈਲਕਮ ਕਰਦਾ ਜੀ ਤੇ ਨਾਲ ਇੰਟਰੋਡਿਊਸ ਕਰਦਾ ਸਾਡੇ ਪੰਜਾਬ ਦੇ ਟਾਈਗਰ ਸਾਡਾ ਵੱਡਾ ਭਰਾ ਗੈਵੀ ਚਾਹਲ ਵੀਰਾ ਪਲੀਜ਼ ਗੈਵੀ ਵੀਰੇ ਬਾਈ ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵਾਹ 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 ਬਹੁਤ ਰੰਗ ਮੇਲਾ ਬਣਿਆ ਗਿਆ ਜੀ ਥੈਂਕ ਯੂ ਪੀਡੀਸੀ ਫੋਰ ਦਿਸ ਵੰਡਰਫੁਲ ਪੀਪਲ ਤੁਸੀਂ ਤਾਂ ਮੇਰੇ ਨਾਲ ਤੁਸੀਂ ਮੇਰੇ ਨਾਲ ਇਧਰੋਂ ਨਹੀਂ ਸੀ ਆਉਣਾ ਵੀਰੇ ਉਧਰ ਕਿਹੜਾ ਕੋਈ ਟੋਲ ਟੈਕਸ ਲਾਦਾ ਮੈਂ ਉਧਰ ਦੀ ਆ ਗਿਆ ਐ ਤੁਸੀਂ ਵੱਡੇ ਬੰਦੇ ਹੋ ਤੁਸੀਂ ਜਿੱਥੋਂ ਮਰਜ਼ੀ ਆ ਸਕਦੇ ਹੋ ਹਾਏ ਵੀਰੇ ਇੰਨਾ ਪਿਆਰ ਬਖਸ਼ ਰਿਹਾ ਤਾਂ ਮੈਂ ਕਿਤੋਂ ਵੀ ਆ ਸਕਦਾ ਮੈਂ ਕਿਹਾ ਤੁਸੀਂ ਇਹ ਸਲਮਾਨ ਖਾਨ ਨਾਲ ਆ ਸਕਦੇ ਹੋ ਅਸੀਂ ਕਿਸੇ ਪਾਸੇ ਆ ਸਕਦੇ ਹੋ ਕਹਿੰਦੇ ਸਲਮਾਨ ਖਾਨ ਤੋਂ ਬਾਈ ਮੈਨੂੰ ਯਾਦ ਆਇਆ ਹਾਂਜੀ ਮੈਂ ਸਲਮਾਨ ਖਾਨ ਦਾ ਬਹੁਤ ਫੈਨ ਆ ਬਾਈ ਤੁਸੀਂ ਦੇਖਿਆ ਹੋਏਗਾ ਮੈਂ ਬੋਡੀ ਬੁਡੀ ਬਣਾ ਲਈ ਤੇ ਮੈਂ ਐਕਟਿੰਗ ਉਕਟਿੰਗ ਵੀ ਕਰਨ ਲੱਗ ਗਿਆ ਪਰ ਯਾਰ ਐਕਟਿੰਗ ਤੇ ਬੋਡੀ ਤਾਂ ਚਲੋ ਸਾਰੇ ਬਣਾ ਲੈਂਦੇ ਨੇ ਹਾਂਜੀ ਮੈਂ ਤਾਂ ਸਲਮਾਨ ਬਾਈ ਵਾਂਗੂ ਵਿਆਹ ਹੀ ਨਹੀਂ ਕਰਾਇਆ ਮੈਂ ਤਾਂ ਛੜਾ ਹੀ ਰਹਿ ਗਿਆ ਯਾਰ ਮੈਨੂੰ ਬਾਈ ਨਾਲ ਮਿਲਾਈ ਦਿਓ ਵੀਰੇ ਇਹ ਤਾਂ ਬਹੁਤ ਵੱਡੀ ਤੁਸੀਂ ਪ੍ਰਾਪਤੀ ਕੀਤੀ ਹੈ ਛੜੇ ਰਹਿ ਗਏ ਥੈਂਕ ਯੂ ਸਰ ਛੜੇ ਤਾਂ ਮੈਨੂੰ ਯਾਦ ਆਇਆ ਹਾਂਜੀ ਸ਼ਾਇਦ ਤੁਹਾਡਾ ਗੀਤ ਵੀ ਆਇਆ ਸੀ ਛੜੇ ਦੇ ਉੱਤੇ ਹਾਂਜੀ 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 ਬਾਈ ਥੈਂਕ ਯੂ ਸੀ ਬਹੁਤ ਪਿਆਰ ਦਿੱਤਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਭ ਕੁਝ ਥੈਂਕ ਯੂ ਵੈਰੀ ਮੱਚ ਵਧੀਆ ਲੱਗਿਆ ਤੁਹਾਨੂੰ ਵੀਰੇ ਮੈਂ ਸੁਣਿਆ ਨਹੀਂ ਯਾਰ ਓ ਯਾਰ ਬਾਈ ਬੰਬੇ ਵਾਲੇ ਪਾਸੇ ਤਾਂ ਚੱਲਿਆ ਹੀ ਬਹੁਤ ਨਾਲੇ ਬਹੁਤ ਚੱਲਿਆ ਵੀਰੇ ਬਹੁਤ ਚੱਲਿਆ ਸੁਣਾ ਦਿਓ ਫਿਰ ਮੜਾ ਗਾਣਾ ਸੁਣੋਗੇ ਹਾਂਜੀ ਹੋ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਹੋ ਛੜੇ ਰਹਿ ਕੇ ਵੇਖੋ ਵੀ ਨਜ਼ਾਰਾ ਆਉਂਦਾ ਬੜਾ ਟੌਰ ਨਾਲ ਛੜਾ ਟੌਰ ਨਾਲ ਛੜਾ ਟੌਰ ਨਾਲ ਛੜਾ ਵਾਹ ਵੀਰੇ ਵਾਹ 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 ਅੱਧੀ ਕਰਦਾ ਯਾਰ ਹਾਂਜੀ ਉਹ ਮੇਰੇ ਵੀਰ ਹਾਂਜੀ ਟੌਰ ਦੇ ਨਾਲ ਕੁਆਰਾ ਹੁੰਦਾ ਛੜਾ ਨਹੀਂ ਯਾਰ ਬਾਈ ਕਿਉਂ ਬਾਈ ਟੌਰ ਦੇ ਨਾਲ ਬੰਦਾ ਕੁਆਰਾ ਹੁੰਦਾ ਨਾ ਜੀ ਉਹ ਦੇਖੋ ਸਹੀ ਗੱਲ ਹੈ ਤੇ ਵੀਰੇ ਇੱਕ ਮੈਂ ਗੱਲ ਤੁਹਾਨੂੰ ਹੋਰ ਕਹਿਣੀ ਚਾਹੂੰਗਾ ਹਾਂਜੀ ਇਹ ਜਿਹੜੇ ਗਾਣੇ ਹੁੰਦੇ ਨੇ ਨਾ ਵੀਰੇ ਹਾਂਜੀ ਇਹ ਗਾਈਦੇ ਆ ਅੱਛਾ ਜੀ ਬੋਲੀ ਦੇ ਨਹੀਂ ਵੀਰੇ ਬਾਈ ਅਸਲ 'ਚ ਗੱਲ ਪਤਾ ਕੀ ਆ ਮੈਂ ਆਪਦੇ ਜਿੰਨੇ ਕੁ ਫੈਨ ਨੇ ਉਹਨਾਂ ਲਈ ਗਾਉਣਾ ਉਹ ਜਦੋਂ ਉਹਨਾਂ ਨੂੰ ਗਾਣਾ ਵਧੀਆ ਨਹੀਂ ਲੱਗੂ ਆਪਾਂ ਨਹੀਂ ਗਾਵਾਂਗੇ ਨਾਲੇ ਮੇਰੇ ਗਾਣਿਆਂ 'ਚ ਵੀਰੇ ਸੋਸ਼ਲ ਮੈਸੇਜ ਹੁੰਦਾ ਅੱਛੇ ਪੱਕੇ ਯਾਰ ਗਾਲ ਨਹੀਂ ਕੱਢਣੀ ਟੌਰ ਨਾਲ ਛੜਾ ਦੇਖੋ ਮੇਰੇ ਗਾਣੇ ਛੜੇ ਨਾਲ ਦੁਨੀਆ ਜਹਾਨ ਦੇ ਛੜਿਆਂ ਨੂੰ ਹੌਸਲਾ ਹੋਇਆ ਕਿ ਯਾਰ ਬੰਦਾ ਟੌਰ ਨਾਲ ਛੜਾ ਰਹਿ ਸਕਦਾ ਲੈ ਵੀਰੇ ਜੇ ਤੁਸੀਂ ਇੰਨੇ ਜ਼ਿਆਦਾ ਵਧੀਆ ਸੋਸ਼ਲ ਮੈਸੇਜ ਦਿੰਦੇ ਹੋ ਤਾਂ ਬਈ ਤਾੜੀ ਤਾਂ ਬਣਦੀ ਹੈ ਤਾੜੀ ਤਾਂ ਬਣਦੀ ਥੈਂਕ ਯੂ ਥੈਂਕ ਯੂ ਪਰ ਫਿਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਹਾਂਜੀ ਆ ਜਿੰਨੀ ਤੁਹਾਡੀ ਬੋਡੀ ਫਿੱਟ ਆ ਹਾਂਜੀ ਵੀਰੇ ਉਹਨਾਂ ਨੂੰ ਸੁਰਾਂ 'ਚ ਵੀ ਫਿੱਟ ਹੋ ਜਾ ਬਈ ਬੋਡੀ ਵਾਲਾ ਕੰਪਲੀਮੈਂਟ ਉਹਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ 18-18 ਘੰਟੇ ਜਿਵੇਂ ਜਾਣਾ ਬਾਈ ਜੀ 18-18 ਘੰਟੇ ਅੱਛਾ ਜੀ ਹਾਂਜੀ 18-18 ਘੰਟੇ ਜੀ ਬਾਬੂ ਕਿ ਜਿਮ ਦੀ ਪ੍ਰੈਕਟਿਸ ਦੇ ਨਾਲ ਨਾਲ ਨਾ ਥੋੜ੍ਹੇ ਜਿਹੇ ਸੁਰਾਂ ਦੀ ਪ੍ਰੈਕਟਿਸ ਵੀ ਕਰਿਆ ਕਰੋ ਸੁਰਸਰ ਲਾਇਆ ਕਰੋ ਸਾ ਲਾ ਨਾ 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 ਗਾਲ ਨਹੀਂ ਕੱਢਣੀ ਮੈਂ ਤੁਹਾਨੂੰ ਬਾਈ ਬਾਈ ਕਹਿੰਦਾ ਜਿਵੇਂ ਸਾਲਾ ਵੀ ਨੇ ਯਾਰ ਬਈ ਵੀਰੇ ਮੈਂ ਗਾਲ ਨਹੀਂ ਕੱਢ ਰਿਹਾ ਸਾਲਾ ਨਹੀਂ ਕਹਿ ਰਿਹਾ ਮੈਂ ਕਿਹਾ ਮਾੜੇ ਜੀ ਸੰਗੀਤ ਦਾ ਰਿਆਜ਼ ਕਰਿਆ ਕਰੋ ਸੁਰ ਲਾਇਆ ਕਰੋ ਸਾ ਮੇਰੀ ਗੱਲ ਸੁਣੋ ਬਾਈ ਹਾਂਜੀ ਜਿਮ ਜਾ ਲਿਆ ਬਾਡੀ ਬਣ ਗਈ ਹਾਂਜੀ ਦਾੜੀ ਸੈੱਟ ਹੋ ਗਈ ਹੇਅਰ ਸਟਾਈਲ ਵਧੀਆ ਕੱਪੜੇ ਵਧੀਆ ਯਾਰ ਸਭ ਕੁਝ ਮੈਂ ਕਰੂੰ ਹੁਣ ਰਿਆਜ਼ ਵੀ ਮੈਂ ਕਰੂੰ ਫਿਰ ਦੇਸੀ ਗਰੂ ਵਾਲੇ ਕੀ ਕਰਨਗੇ ਇਹ ਗੱਲ ਤਾਂ ਵੀਰੇ ਬਿਲਕੁਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਖੈਰ ਸਾਡੇ ਮਿਊਜ਼ਿਕ ਡਾਇਰੈਕਟਰਸ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਬਹੁਤ ਜ਼ਿਆਦਾ ਕ੍ਰੀਏਟਿਵ ਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਸਪੌਂਸਰਸ ਦੇ ਬਾਰੇ ਦੱਸ ਦਈਏ ਜ਼ਰੂਰ ਤੇ